ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ نیوز ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਪੁਲਿਸ ਦੇ ਕੇ ਭੱਜਣਾ ਪੈ ਗਿਆ ਨੌਜਵਾਨ ਨੂੰ ਮਹਿੰਗਾ ਗੋਲੀ ਮਾਰਨ ਵਾਲੀ ਪੁਲਿਸ ਤੇ ਹੋਈ ਕਾਰਵਾਈ ਵੱਡੀ ਖਬਰ ਆ ਚੁੱਕਿਆ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਹੱਦ ਤੋ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਹਾਂਜੀ ਬਿਹਾਰ ਦੇ ਜਹਾਂਬਾਦ ਦੇ ਵਿੱਚ ਇੱਕ ਨੌਜਵਾਨ ਨੂੰ ਗੋਲੀ ਮਾਰਨ ਦੀ ਘਟਨਾ ਦੇ ਵਿੱਚ ਪੁਲਿਸ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ ਵਾਹਨਾਂ ਦੀ ਚੈਕਿੰਗ ਦੇ ਦੌਰਾਨ ਉਕਤ ਨੌਜਵਾਨ ਪੁਲਿਸ ਨੂੰ ਦੇਖ ਕੇ ਭੱਜਣ ਲੱਗਾ ਜਿਸ ਨੂੰ ਫੜਨ ਦੀ ਬਜਾਏ ਗੋਲੀ ਮਾਰ ਦਿੱਤੀ ਗਈ ਜ਼ਾਹਨਾਬਾਦ ਵਿਹਾਰ ਦੇ ਜ਼ਾਹਨਾਬਾਦ ਦੇ ਵਿੱਚ ਪੁਲਿਸ ਨੇ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਾਰ ਦਿੱਤੀ ਬਾਈਕ ਸਵਾਰ ਦਾ ਕਸੂਰ ਸਿਰਫ ਇਹਨਾ ਸੀ ਕਿ ਪੁਲਿਸ ਨੂੰ ਗੱਡੀ ਦੀ ਚੈਕਿੰਗ ਕਰ ਰਹੀ ਸੀ ਤੇ ਦੇਖ ਕੇ ਭੱਜਾਂ ਲਗਾ ਪਰ ਪੁਲਿਸ ਨੇ ਉਸ ਨੂੰ ਫੜਨ ਦੀ ਬਜਾਏ ਗੋਲੀ ਚਲਾ ਦਿੱਤੀ ਜਿਸ ਦੀ ਲੱਤ 'ਚ ਗੋਲੀ ਲੱਗਣ ਕਾਰਨ ਨੌਜਵਾਨ ਕੁਝ ਦੂਰ ਜਾ ਡਿੱਗਿਆ ਤੇ ਲੋਕਾਂ ਨੇ ਉਸ ਨੂੰ ਦੇਖਿਆ ਤਾਂ ਉਸ ਨੂੰ ਤੁਰੰਤ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਪਰ ਪੁਲਿਸ ਨੌਜਵਾਨ ਨੂੰ ਹਸਪਤਾਲ 'ਚ ਦਾਖਲ ਕਰਵਾਏ ਬਿਨਾ ਮੁੱਕੇ ਤੇ ਫਰਾਰ ਹੋ ਗਈ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜ਼ਾਹਨਾਬਾਦ ਦੇ ਐਸਪੀ ਨੇ ਗੋਲੀ ਚ ਲੋਣ ਵਾਲੇ ਐਸਆਈ ਅਤੇ ਐਸਐਚਓ ਖਿਲਾਫ ਕਾਰਵਾਈ ਕੀਤੀ ਜਿਹਾ ਕਿ ਇਹ ਮਾਮਲਾ ਦਰਅਸਲ ਜ਼ਿਲ੍ਹੇ ਦੇ ਉਕਰੀ थाना ਖੇਤਰ ਦੇ ਅੰਤਪੁਰ ਪਿੰਡ ਦੇ ਕੋਲ ਮੰਗਲਵਾਰ ਸ਼ਾਮ ਨੂੰ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਇਸ ਦੌਰਾਨ ਨਾਲੰਦਾ ਦੇ ਮਾਇਨਾ ਕੋਤਰੂ ਦਾ ਰਹਿਣ ਵਾਲਾ ਸੁਦੀਰ ਕੁਮਾਰ ਬਾਈਕ ਤੇ ਜ਼ਾਹਨਾਬਾਦ ਬਾਜ਼ਾਰ ਜਾ ਰਿਹਾ ਸੀ ਰਸਤੇ ਦੇ ਵਿੱਚ ਵਾਹਨ ਦੀ ਚੈਕਿੰਗ ਕਰਦੇ ਦੇਖ ਕੇ ਡਰ ਗਿਆ ਕਿਉਂਕਿ ਉਸ ਕੋਲ ਹੈਲਮਟ ਤੇ ਡਰਾਈਵਿੰਗ ਲਾਇਸੈਂਸ ਨਹੀਂ ਸੀ वो हो आपण रस्ते वापस गया, ने शुरू पिछा करणं ते जिस दो डर के जी हा उसने भजना शूतात ने गोली चला बाकी दिक खबरून अंतक देखणली थोडा बहुत बहुत धनवाद